बन गया आमलेट जाल कर देता ਇਦਾਂ ਦਾ ਮੈਨੂੰ ਜ਼ਿਆਦਾ ਸਵਾਲ ਲੱਗਦਾ ਸਪਾਈਸੀ ਹੋਵੇ ਥੋੜਾ ਜਿਹਾ ਕਰੰਚੀ ਹੋਵੇ ਗੱਲਬਾਜੀ ਬਣਦੀ ਆ ਤੂੰ ਕਿੱਥੇ ਮੂੰਹ ਸਵਾਰੀ ਜਾਂਦਾ ਇੱਧਰ ਛੱਡ ਇਹਨੂੰ ਚੱਲ ਕੰਮ ਕਰ ਆਪਣਾ ਦੇਖੀ ਉਹ ਮੇਰਾ ਨਾਂ ਆ ਪਾ ਸਾਰਿਆਂ ਨੂੰ ਬਣਾ ਕੇ ਦਿੱਤੇ ਮੈਂ ਵਧੀਆ ਗੱਲ ਆ ਖਾ ਲਾ ਬਹੁਤ ਸਵਾਦ ਲੱਗੇ ਤੈਨੂੰ ਹੋਰ ਕਿੰਨਾ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਠੀਕ ਆ ਜੀ ਮੈਂ ਵੀ ਖਾਉਂ ਖਾ ਲਾ ਖਾ ਲਾ ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਟੂ YouTube ਚੈਨਲ ਅਤੇ ਅਸੀਂ ਖੜ੍ਹੇ ਹਾਂ ਆਪਣੇ ਗੇਟ 'ਚ ਅਸੀਂ ਚੱਲੇ ਅੱਜ ਜਲੰਧਰ ਦੇਖ ਲਓ ਜਲੰਧਰ ਮਾਮਾ ਜੀ ਮੰਮੀ ਅਤੇ ਹੈ ਨਾ ਅੱਜ ਅਸੀਂ ਚੱਲੇ ਸੀਗੇ ਜਲੰਧਰ ਨੂੰ ਅਤੇ ਪਹਿਲਾਂ ਅਸੀਂ ਨਾਨਕੇ ਜਾਣਾ ਫਿਰ ਉੱਥੇ ਜਾਣਾ ਜਲੰਧਰ ਅਤੇ ਚਲੋ ਫਿਰ ਅੱਜ ਤੁਹਾਨੂੰ ਦੱਸਦੇ ਹਾਂ ਕੀ ਕਰਦੇ ਹਾਂ ਆਪਾਂ ਖਾਣਾ ਤਾਂ ਕੀ ਆ ਜੋ ਰੋਜ਼ ਹੁੰਦਾ ਉਹੀ ਆ ਪਹਿਲਾਂ हम पहुंच चुके हैं नानी जी के घर में मम्मी को पुआ जी कालू आ गए मतलब पुआ जी ने ਅਸੀਂ ਛੱਡ ਦਿੱਤਾ ਸੀਗਾ ਪੁਆ ਜੀ ਨੂੰ ਅਸੀਂ ਨਵਾਂ ਸ਼ਹਿਰ ਡ੍ਰੌਪ ਕਰ ਦਿੱਤਾ ਬੱਸ ਸਟੈਂਡ ਤੇ ਤੇ ਹੁਣ ਆਪਾਂ ਆ ਗਏ ਆ ਇੱਥੇ ਕਾਲੂ ਤੇ ਹੁਣ ਆਪਾਂ ਹੁਣੇ ਗਿਆ ਹੋ ਗਿਆ ਯਾਰ ਅੱਜ ਆਪਾਂ ਨੂੰ ਜ਼ਰੂਰੀ ਕੰਮ ਸੀਗਾ ਅਸੀਂ ਅੱਜ ਲੇਟ ਹੋ ਗਏ ਸਮਾਂਗੇ ਤੇ ਅਸੀਂ 12 ਵਜੇ ਉੱਥੇ ਪੁੱਜਣਾ ਆ ਨਹੀਂ 12 ਨਹੀਂ 12:30 ਹੈਗਾ ਟਾਈਮ ਵੈਸੇ ਕੋਈ ਚੱਕਰ ਨਹੀਂ ਜੱਟਾਂ ਨੇ ਗੱਡੀ ਤਰਾ ਲੈਣੀ ਆ ਬਸ ਅਸੀਂ ਅੱਜ ਮੈਕਸੀਕੋ ਸੌਂਗ ਸੁਣਿਆ ਕਿੰਨਾ ਹੀ ਵਾਰ ਕਿੰਨੀ ਵਾਰ ਹਾਂਜੀ ਮੈਂ ਵੀ ਚੜਾਉਣੇ ਬੀਜੀ ਪਤੰਗ ਜੇ ਤੇ ਮੈਂ ਹਮ ਬੀਜੀ ਦਿਖਾਣੀ ਚੰਗਾ ਜੀ ਫੇ ਅੱਛਾ ਓਕੇ ਬਾਏ ਬਾਏ ਓ ਓ ਆ ਮੈਂ ਦੂਜੀ ਵਾਰ ਮਾਰਿਆ ਕੜਾ ਇਹਨੇ ਅੱਜ ਅੱਜ ਬਾਹਰ ਮੋਟਾ ਆ ਹੋਰ ਮੇਰੇ ਮਾਰਨ ਨੂੰ ਪਾਇਆ ਬੀਜੀ ਉਹ ਗਵਾਰ ਗਏ ਹੋਰ ਇਹ ਤਾਂ ਤਕਲਾ ਬਣਾ ਲਓ ਬੀਜੀ ਬਾਅਦ ਚ ਦਿਖਾਣੀ ਹਜੇ ਬੀਜੀ ਨੇ ਸ਼ਾਲ ਨਹੀਂ ਲਿਆ ਓਕੇ ਤੇਰੇ ਕੜਾ ਕਿੱਥੇ ਵੱਜੇ ਫਿਰ ਓਕੇ ਰਾਤ ਤੱਕ ਛੁੱਲਿਆ ਤਾਂ ਨਹੀਂ ਆ ਦੇ ਇੱਥੋਂ ਸੁੱਜ ਗਿਆ ਸੁੱਜ ਗਿਆ ਹੁਣ ਇੱਧਰ ਮਾਰ ਕੇ ਦੇਖਿਆ ਕਰੀ ਫੇ ਨਹੀਂ ਪਵਨੇ ਹਟ ਜਾ ਤੇ ਹਨਾ ਬੱਚੇ ਬੱਚੇ ਰਹਿਣ ਉਧਰ ਕੰਮ ਕਰਦੇ ਮਾਮੀ ਜੀ ਚਲ ਗਏ ਮੈਂ ਮੁੜ ਗਏ ਤੇ ਹਣ ਹਣਾ ਅਸੀਂ ਤੁਸੀਂ ਮੰਨਦੇ ਇਹਨਾਂ ਬੰਦੂਕ ਦਾ ਡਰ ਨਹੀਂ ਹੁੰਦਾ ਜਿੰਨਾ ਫੋਨ ਦਾ ਡਰ ਆ ਜਿੰਨਾ ਸਾਡੇ ਕੈਮਰੇ ਦਾ ਜਿੰਨਾ ਸਾਡੇ ਕੈਮਰੇ ਡਰ ਇਦਾਂ ਆ ਚਲੋ ਠੀਕ ਆ ਅਸੀਂ ਹੁਣ ਤੁਹਾਨੂੰ ਬਾਅਦ ਚੋਂ ਮਿਲਦੇ ਆ ਜਾਣ ਲੱਗੇ ਬਾਅਦ ਚੋਂ ਮਿਲਦੇ ਆ ਚੰਗਾ ਇਹ ਕੰਮ ਕਰਦੇ ਸਾਡੇ ਆ ਦੇਖੋ ਟੋਰ ਕੱਢ ਕੇ ਘੁੰਮਦਾ ਇੱਕ ਗੈਰੀ ਨੂੰ ਕੰਮ ਕਰਨ ਲਾਇਆ ਵਿਚਾਰੇ ਨੂੰ ਗੈਰੀ ਇਹ ਕੰਮ ਨਹੀਂ ਕਰਦਾ ਗੁਰਵੀਰ ਕਰਦਾ ਨਾ ਇਹ ਪਾਣੀ ਪਾਦਾ ਮੜਾ ਮੋਟਾ ਕੱਟੇ ਹਾਂ ਗੁਰਵੀਰ ਇੱਧਰ ਪੱਗ ਦਿਖਾਈ ਆਪਣੀ ਸੋਣਾ ਨਾ ਲੈ ਆ ਬੰਦ ਖਤਮ ਹੋ ਗਿਆ ਕੰਮ ਕੀ ਕੰਮ ਹੋ ਗਿਆ ਥੋੜਾ ਥੋੜਾ ਰਹਿੰਦਾ ਹੈ ਉਹ ਕੋਲ ਸੁੱਤਾ ਪਿਆ ਪਈਆ ਉਹ ਜੀ ਸੁੱਤਾ ਪਿਆ 11 ਬੰਦੇ ਦੇ ਉਹ ਆ ਵੀ ਜਿੱਤੇ ਆਉਣੇ ਹਾਂ ਹਾਂ ਪਾਣੀ ਵੀ ਇਹ ਦੋ ਕਿੱਦਾਂ ਸੁੱਤਾ ਪਿਆ ਹੈ ਨਾਮ ਕੀ ਸੀਗਾ ਇਹਦਾ ਗੈਰੀ ਸੰਜੂ ਬਾਬਾ ਹਾਂ ਸੰਜੂ ਬਾਬਾ ਪਵਨੇ ਉਰਿਆ ਸੰਜੂ ਬਾਬਾ ਉੱਠਦਾ ਹੀ ਨਹੀਂ ਨਹੀਂ ਕੁਛ ਨਹੀਂ ਖਾ ਪਈ ਆ ਉਹ ਕਿੱਦਾਂ ਦੇ ਦਿਆ ਇਹ ਸੰਜੂ ਬਾਬਾ ਉੱਠ ਕੇ ਇੱਧਰ ਦੇਖ ਤੂੰ ਚੁੱਪ ਕਰ ਜਾ ਓਏ ਗੁੱਗੀ ਅੱਛਾ ਹਾਏ ਇਹਨ ਕੁਛ ਪਾ ਲਓ ਕਹਿੰਦੇ ਪਾਉਂਦੇ ਹੁੰਦੇ ਗੁੱਗੀ ਜੀ ਇਹ ਤਾਂ ਨੱਚੀ ਜਾਂਦਾ ਹੈ ਟੌਮੀ ਵਾਲੇ ਦਾ ਸਾਡੇ ਦਾ
चलो ठीक है। ना ना टॉफी नहीं पाई देंगे कुत्तियां नूं, हट जा। बिस्कुट है नी? पर्स रख दे मोरे, ये 500 का नोट है। टॉफी नहीं पाई होंगी, घट मिठे वाली है। फिर ठीक है, चल आ जा। फिर हम खाना नैन, तू भी हौली हौली खानी होनी। असी है ना अंदर भी जाए, बीच कहते तुसी जाओ। अंदर के थाने जेल नहीं ते होना ना सी रंग मतलब रंग तो भी काली आई है। वीडियो मेरी भी फिर तो साफ होंदी पई आ। हां है जिन्ना है। चलो ठीक है, हम खा ली है। ਅਸੀਂ ਉੱਜ ਗਏ ਆ, ਸਾਡਾ ਅੱਜ ਕੰਮ ਹੋ ਗਿਆ। ਸਾਡਾ ਚਲਾਣ ਕੱਟਿਆ ਗਿਆ, ਕੱਟਿਆ ਗਿਆ ਜੀ। ਅੱਜ ਕੱਟਿਆ ਗਿਆ, ਕਿੰਦੜ ਨੇ ਬਾਲਾ ਘੁੰਮਦੇ ਤੁਹਾਨੂੰ ਦੱਸਦੇ ਆ। ਅੱਜ ਕਹਿੰਦੇ ਛੱਡਣਾ ਨਹੀਂ ਹੈ। ਅੱਜ ਸਾਡਾ ਐਂਟਰੀ ਤੇ ਜਲੰਧਰ ਦੀ ਐਂਟਰੀ ਪੁਆਇੰਟ ਤੇ ਬਸ ਸਾਡਾ ਚਲਾਣ ਕੱਟ ਹੋ ਗਿਆ। ਕਿਹੜਾ ਚੌਂਕ ਸੀ? ਪੀਏਪੀ ਤੇ ਪੀਏਪੀ ਤੋਂ ਪਿੱਛੇ ਸੀਗਾ ਐਂਟਰੀ ਸੀ ਜੇ ਮਸ ਬੜ ਜੀ ਹੋਈ। ਉੱਥੇ ਇੱਕ ਬੱਸ ਸੀ, ਉਹਨੇ ਸਾਨੂੰ ਫਸਾਤਾ। ਉਹਨੇ ਬੱਸ ਨੇ ਸਾਨੂੰ ਫਸਾਤਾ। ਮਾਸਕ, ਹਾਂਜੀ ਕਿਦਾਂ ਮਾਸਕ? ਨਹੀਂ ਨਹੀਂ ਮਾਸਕ ਤਾਂ ਥੋੜਾ ਹੋਇਆ। ਹਾਂ ਵੈਸੇ ਹੀ ਹੋਇਆ, ਉੱਦੇ ਹੀ ਉੱਦੇ ਕਰ ਦੋ ਕਿਉਂ ਨਹੀਂ। ਪਰ ਥਾਂ ਤੇ ਭੋਗ ਦਿੱਤਾ ਮੁਕਤਣਾ, ਮਤਲਬ ਹੋਇਆ ਜ਼ਿਆਦਾ ਸੀਗਾ। ਥਾਂ ਤੇ ਭੋਗ ਕੇ ਬਚ ਗਏ, ਭੋਗ ਕੇ ਜੀ ਛੇਤੀ ਛੇਤੀ ਆ ਗਏ ਇੱਥੇ ਨੂੰ। ਹੁਣ ਆਪਾਂ ਇੱਥੋਂ ਚੱਲੀਏ ਛੇਤੀ ਛੇਤੀ, ਕੰਮ ਨਿਪਟਾ ਕੇ ਇੱਥੋਂ। ਕੰਮ ਤਾਂ ਨਿਪਟ ਗਿਆ ਸੂਰੀ ਸੂਰੀ ਦੁਬਾਰਾ। ਹਾਂਜੀ ਤੇ ਫਿਰ ਅਸੀਂ ਚੱਲ ਜਾਣਾ ਹੈ, ਫਿਰ ਹੁਣ ਅਸੀਂ ਚੱਲ ਜਾਣਾ ਹੈ। ਹਾਂਜੀ ਵਧੀਆ ਰਿਹਾ ਜਲੰਧਰ ਦਾ ਟ੍ਰਿਪ ਅੱਜ ਵਾਲਾ, ਬਹੁਤ ਹਲਕੇ ਹੋ ਗਏ। ਹਲਕੇ ਹੋ ਗਏ, ਥੋੜ੍ਹਾ ਜਿਹਾ ਯਾਦ ਰੱਖਾਂਗੇ। ਨਹੀਂ ਇੰਨਾ ਵੀ ਨਹੀਂ ਹੋਇਆ, ਥੋੜ੍ਹਾ ਜਿਹਾ ਹੋਇਆ, ਕੋਈ ਚੱਕਰ ਨਹੀਂ ਹੈ। ਅਤੇ ਚਲੋ ਉਹਨਾਂ ਨਾਲ ਮਿਲਦੇ ਹਾਂ ਆਪਾਂ ਜਦੋਂ ਕਿਤੇ ਜਾਵਾਂਗੇ। ਹਜੇ ਤਾਂ ਇੱਥੇ ਹੀ ਆ, ਬਿਜ਼ੀ ਆ ਥੋੜ੍ਹਾ ਟਾਈਮ। ਚਲੋ ਚਲੋ ਠੀਕ ਆ। ਆ ਪਤਾ ਨਹੀਂ ਕੀ ਕਰਦਾ ਆ, ਸੋਚਦਾ ਪਿਆ ਮੁੰਡੇ ਨੇ KFC ਖਾਣੀ ਆ। ਮੈਂ ਕਿਹਾ ਬਰਡ ਫਲੂ ਚੱਲਦਾ ਆ ਮਨੀ, ਤੂੰ ਨਾ ਕਰ। ਨਹੀਂ ਨਹੀਂ ਖਾਣੀ ਹੈਗੀ ਅੱਜ, ਜਿੱਥੇ ਖੜੇ ਆ ਇੱਥੇ ਜਿੱਥੇ ਅਸੀਂ ਕੰਮ ਆਏ ਹਾਂ ਇੱਥੇ ਅਸੀਂ ਇੱਥੇ ਉੱਧਰ ਵੀ ਇੱਥੇ ਕਾਲ ਲਾਈ ਸੀ ਇੱਕ ਦਿਨ ਪਹਿਲਾਂ ਵੀ, ਅੱਜ ਵੀ ਅਸੀਂ ਇੱਥੇ ਲਾਈ ਸੀ। ਇੱਥੇ ਆ ਵੀਰੇ ਦਾ ਘਰ ਆ, ਕਹਿੰਦੇ ਸਿਸਟਰ ਵੀ ਦੇਖਦੇ ਹੁੰਦੇ ਆ ਵੀਡੀਓਜ਼ ਵੀ ਦੇਖਦੇ ਹੁੰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੈਲੋ ਜੀ,
ਪਹਿਲਾਂ ਤੇ ਨਹੀਂ ਦੇਖਿਆ ਨਹੀਂ ਹੁਣ ਜਦੋਂ ਵਾਪਸ ਇਹਨਾਂ ਦਾ ਫਿਰ ਧਿਆਨ ਪਿਆ ਵਾਪਸ ਆਇਆ ਮੈਂ ਮੰਮੀ ਨਾਲ ਹੁੰਦਾ ਪਿਆ ਤੇ ਮੇਰਾ ਧਿਆਨ ਪਿਆ ਮੈਂ ਕਿਹਾ ਭਾਜੀ ਹੁਣੀ ਖੜੇ ਆ ਫਿਰ ਮੈਨੂੰ ਬੜਾ ਵਧੀਆ ਲੱਗਾ ਦੇਖ ਕੇ ਭਾਜੀ ਉਹਨਾਂ ਨੂੰ ਮੈਂ ਵੀਡੀਓਸ ਵਗੈਰਾ ਦੇ ਦਿੱਤਾ ਥੈਂਕ ਯੂ ਵੀਰੇ ਦੇ ਰੋਜ਼ ਇਹ ਲੱਗਾ ਲੱਗਦਾ ਬਿਠਾਣਾ ਕਰ ਥੈਂਕ ਯੂ ਵੀਰੇ ਥੈਂਕ ਯੂ ਹਾਂਜੀ ਤੇ ਹੁਣ ਅਸੀਂ ਜਾ ਕੇ ਆਏ ਆ ਉਹ ਵੀਰੇ ਦੇ ਘਰੇ ਉਹ ਘਰੇ ਲੈ ਕੇ ਸਾਨੂੰ ਪੁੱਛ ਕੇ ਉਹ ਪਿੱਛੇ ਉਹਨਾਂ ਦਾ ਘਰ ਆ ਉਹ ਹੁਣ ਸਾਨੂੰ ਸਿਕਿਉਰਿਟੀ ਮਿਲ ਗਈ ਥੋੜੀ ਜੀ ਹੁਣ ਸਾਨੂੰ ਸਿਕਿਉਰਿਟੀ ਮਿਲ ਗਈ ਹਾਂ ਸਾਡਾ ਚਲਾਨ ਪਹਿਲਾਂ ਕੱਟ ਹੋ ਗਿਆ ਜੇ ਜਾਂਦੀ ਵਾਰ ਕੱਟ ਹੁੰਦਾ ਅਸੀਂ ਦੇਣਾ ਹੀ ਨਹੀਂ ਸੀ ਪੈਸੇ ਅੱਜ ਅੰਕਲ ਜੀ ਦਾ ਨੰਬਰ ਮਿਲ ਗਿਆ ਅੰਕਲ ਜੀ ਕੀ ਆ ASI ਆ ਉਹਨਾਂ ਦੇ ਫਾਦਰ ਜੋ ASI ਆ ਤੇ ਅੰਕਲ ਜੀ ਨੇ ਤੁਹਾਨੂੰ ਨੰਬਰ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਕੋਈ ਗੱਲ ਨਹੀਂ ਅੱਗੇ ਤੋਂ ਫੋਨ ਕਰਦੇ ਆ ਤੇ ਅਸੀਂ ਹੁਣ ਉਹਨਾਂ ਦੇ ਘਰੇ ਜਾ ਕੇ ਆਏ ਉਹਨਾਂ ਨੇ ਕੋਲ ਡਰਿੰਕ ਪਲਾਈ ਸਾਨੂੰ ਸੇਵਾ ਕੀਤੀ ਸਾਡੀ ਸਾਡੀ ਸੇਵਾ ਕੀਤੀ ਦੂਜੀ ਨਹੀਂ ਤੇ ਮਨੀ ਸੌ ਗਿਆ ਮਨੀ ਕਹਿੰਦਾ ਮੈਨੂੰ ਵਲੌਗ ਸੁਣਾ ਲੈ ਲੈ ਮੂਵੀ ਲਖੋ ਲਿਆ ਸ਼ੂ ਨਾਲ ਨਹੀਂ ਵਧੀਆ ਲੱਗਾ ਸਾਨੂੰ ਅੱਜ ਉਹਨਾਂ ਦੇ ਘਰੇ ਜਾ ਕੇ ਵਧੀਆ ਲੱਗਾ ਸੁਭਾਅ ਵਧੀਆ ਸੀਗਾ ਉਹਨਾਂ ਦਾ ਤੇ ਅਸੀਂ ਕਾ ਵੀਰੇ ਸਾਡੀ ਗੱਲ ਹੋਈ ਜੋ ਕੈਨੇਡਾ ਦੇ ਵਿੱਚ ਆ ਉਹਨਾਂ ਨਾਲ ਵੀ ਸਿਸਟਰ ਨਾਲ ਗੱਲ ਹੋਈ ਸਾਡੀ ਵੀਡੀਓਸ ਦੇਖਦੇ ਆ ਥੈਂਕ ਯੂ ਸਿਸਟਰ ਸਾਰੇ ਜਿਹੜੇ ਦਿੰਦੇ ਆ ਹਾਂਜੀ ਤੇ ਹੁਣ ਅਸੀਂ ਹਜੇ ਵੀ ਵੇਟ ਕਰਦੇ ਹੋਏ ਆ ਤੇ ਬਸ ਦੇਖਦੇ ਆ 3 ਵਜੇ ਹੈ ਨਾ ਛੱਡ ਕੇ ਪਾਇਆ ਕਰੀਏ ਡੇਲੀ ਪਾਇਆ ਕਰੀਏ ਉਹ ਖਾਦਾ ਨੀ ਉਹਨੂੰ ਬਰਗਰ ਪਸੰਦ ਨੀ ਆ ਬੀਜੀ ਕਹਿੰਦੇ ਜਿਹੜੀਆਂ ਚੀਜ਼ਾਂ ਤੁਸੀਂ ਕਹਿੰਦੇ ਗੱਲਾਂ ਕੁੱਤੇ ਵੀ ਨੀ ਖਾਂਦੇ ਖਾਦਾ ਹੀ ਨੀ ਬਰਗਰ ਘਰੇ ਛੱਡ ਦਿੱਤਾ ਹਾਂਜੀ ਕੱਲ ਛੱਡਿਆ ਆ ਤੇ ਹੁਣ ਅਸੀਂ ਵਾਪਸ ਜਾ ਰਹੇ ਆ
ਪਿੰਡ ਤੋਂ ਉਹ ਤਾਂ ਕਹਿੰਦੇ ਸੀ ਰਹਿ ਲੋ ਤੇ ਹਜੇ ਪਰ ਸਾਨੂੰ ਕਪਤਾਨ ਅੜੀਕਦਾ ਹੋਣਾ ਨਾ ਤਾਂ ਕਰਕੇ ਸਾਨੂੰ ਜਾਣਾ ਪੈਂਦਾ ਉਹ ਦਿਲ ਨਹੀਂ ਲੱਗਦਾ 8 ਵਜੇ ਲੱਗਿਆ ਤੇ ਹੁਣ ਸੀ ਵਲੌਗ ਮੈਂ ਜਿਹੜਾ ਜਲੰਧਰੋਂ ਤੁਰਦੀ ਨੇ ਸਾਰਾ ਹੀ ਮੈਂ ਐਡਿਟ ਕਰ ਲਿਆ ਵਲੌਗ ਅੱਜ ਮੈਂ ਪਵਨ ਨੂੰ ਕਿਹਾ ਨਹੀਂ ਪਵਨ ਹੌਲੀ ਦੇਖ ਲੋ ਇਹ ਦੇਖ ਲੋ ਇਸ ਕਰਕੇ ਅਸੀਂ ਨਾ ਉੱਥੋਂ ਲਦਿਆ ਜਲੰਧਰ ਤੋਂ ਅੱਧੇ ਘੰਟੇ ਚ ਇੱਥੇ ਆ ਗਏ ਆ ਮਤਲਬ ਵਿੱਚ ਅਸੀਂ ਇੱਕ ਦੋ ਥਾਂ ਤੇ ਰੁਕੇ ਆ ਉਹ ਕੱਢ ਕੇ ਅਸੀਂ ਅੱਧੇ ਘੰਟੇ ਦੇ ਵਿੱਚ ਇੱਥੇ ਇਹਨਾਂ ਨੂੰ ਛੱਡ ਵੀ ਤੇ ਡ੍ਰੌਪ ਵੀ ਕਰਤਾ ਵਧੀਆ ਹੋ ਗਿਆ ਤੇ ਇਹ ਦੇਖੋ ਤੁਸੀਂ ਮੈਂ ਆਪਣੇ ਸਬਸਕ੍ਰਾਈਬਰਸ ਨੂੰ ਕਿੰਨਾ ਪਿਆਰ ਕਰਦਾ ਆ ਦੋਨੇ ਅਸੀਂ ਕਿੰਨਾ ਪਿਆਰ ਕਰਦੇ ਆ ਮੈਂ ਹਨਾ ਦੇ ਲੋ ਮੈਂ ਆਪਣੀ ਹੈਬਿਟ ਛੱਡੀ ਆ ਜੋ ਤੁਹਾਡੇ ਯਾਰ ਤੁਸੀਂ ਇਹ ਦੇਖੋ ਮੈਂ ਇੰਨਾ ਸੋਚਿਆ ਮੈਂ ਕਿਹਾ ਕਿਰਨ ਤੁਸੀਂ ਇੱਥੇ ਕਲਿੱਪ ਬਣਾ ਲਓ ਬਾਕੀ ਸਾਰੇ ਅਸੀਂ ਹੁਣ ਇਸ ਟਾਈਮ ਰਾਹੋਂ ਰੁਕੇ ਹਾਂ ਹਾਂਜੀ ਮੈਂ ਕਿਹਾ ਸਬਸਕ੍ਰਾਈਬਰਸ ਜਿਹੜੇ ਉਹ ਸੌਂ ਜਾਣੇ ਵਿਚਾਰੇ ਉਹਨਾਂ ਨੂੰ ਵਲੌਗ ਨਹੀਂ ਮੰਨਣਾ ਉਹਨੇ ਗੁੱਸੇ ਹੋ ਜਾਣਾ ਆਪਣੇ ਨਾਲ ਬਸ ਕਰੀ ਆਪਾਂ ਹਾਂਜੀ ਦੇਖ ਲਓ ਮੈਂ ਇੰਨੀ ਕੇਅਰ ਕਰਦਾ ਆ ਤੁਹਾਡੀ ਠੀਕ ਆ ਇਹ ਵੀ ਪਾਉਂ ਮੈਂ ਮੁੱਕਾ ਮਾਰਨਾ ਤੇਰੇ ਸੋ ਪਲੀਜ਼ ਨਾ ਤੇ ਹਲੇ ਪਿਆਰ ਬਣਾਈ ਰੱਖੋ ਤੇ ਮੈਨੂੰ ਸਬਸਕ੍ਰਾਈਬ ਕਰ ਲਓ ਪਵਨ ਕਰ ਲਓ ਮੈਨੂੰ ਕਰ ਲਓ ਕਿੰਮੀ ਪਵਨ ਵਾਲੇ 41 ਚੈਨਲ ਤੇ ਤੇ ਯਾਰ ਕਾਫੀ ਜਣਾਂ ਨੇ ਪੁੱਛਿਆ ਕਿ 42 ਤੁਹਾਡਾ ਚੈਨਲ ਸਾਡਾ ਕੋਈ ਹੋਰ ਚੈਨਲ ਨਹੀਂ ਹੈਗਾ ਇਹੀ ਚੈਨਲ ਆ ਸਾਡਾ ਅਸੀਂ ਬਣਾਇਆ ਨਹੀਂ ਜਦੋਂ ਅਸੀਂ ਬਣਾਉਣਾ ਅਸੀਂ ਤੁਹਾਨੂੰ ਆਪਣੇ ਵਲੌਗ 'ਚ ਹੀ ਦੱਸਾਂਗੇ ਆਪਣੇ ਵਲੌਗ 'ਚ ਹੀ ਦੱਸਾਂਗੇ ਠੀਕ ਹੈ ਬੋਲ ਕੇ ਦੱਸਾਂਗੇ ਕੋਈ ਵੀ ਸਾਡਾ ਅਕਾਊਂਟ ਨਹੀਂ ਹੈਗਾ ਹੋਰ ਚਲੋ ਠੀਕ ਆ ਆਪਾਂ ਹੁਣ ਚਲੀਏ ਪਾ ਦਈਏ ਵਲੌਗ ਹਾਂਜੀ ਤੇ ਤੁਹਾਨੂੰ ਮਿਲ ਜੂਏ ਵਲੌਗ ਤੇ ਆ ਕਲਿੱਪ ਥੋੜੀ ਜਿਹੀ ਇਦਾਂ ਹੋ ਗਈ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਹੁੰਦਾ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਚੰਗਾ ਜੀ ਚੰਗਾ ਜੀ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਚ ਓਕੇ ਇੰਸਟਾਗ੍ਰਾਮ ਤੇ ਕੱਲ ਨੂੰ ਆਪਾਂ ਗੱਲਾਂ ਕਰਾਂਗੇ ਸੌਰੀ ਗੱਲਾਂ ਨਹੀਂ ਕਰ ਰਹੀਆਂ ਆਪਣੇ ਤੋਂ ਅੱਜ ਗੱਲਾਂ ਨਹੀਂ ਕਰ ਰਹੀਆਂ ਤੇ ਆ ਕਲਿੱਪ ਦਾ ਥੋੜਾ ਜਿਹਾ ਦੇਖ ਲਿਓ ਐਡਜਸਟ ਕਰ ਲਿਓ ਓਕੇ ਚੰਗਾ ਜੀ